فرمائش اس سلسلے شیر پیش خدمت آتا فرمائش پہ کرنے سڑے بڑے دور تو مہمان آئے سردار شہباز شہباز سردار شہباز کلندر شہزاد یاسر خان شہزاد سردار یاسر خان سردار آمین سردار محیم سردار سہیل خان سید وحید عباس تلک انہاں دوستاں دا سردار شہباز انہاں تلک سردار گروپ کراڑ خان نال میرے موترے میرے برادر جناب بابو عمران صاحب تلک اڈو سروتا مصیبت پا گیا
سارے موسم قابل قدر بابو راجہ ابرار صاحب تلق نوئی سروٹے نال جنہاں دی زیر صدارت اے پروگرام ہوا پیر سید امام شاہ کاظمی پیر طریقت رابر شریعت پیر سید امام شاہ کاظمی آپ سیلا سیدان جی انہاں دی نظر راجہ عبد الوہید تے مامور رشید چڑھوئی تھو اسے دی چاہ رشید جی ندیم شاہد رضوان یو کے شیخ ساجد سعودی عرب کو آن لائن بھی سننے سے عبد القیوم مامور رشید جی حاجی جاوید حاجی محبوب چڑھوی جی انہیں نظر چودھری اسرار چودھری کرامت یو کے جی مرشد مسجاب عرف منا ملک اعظم صاحب انہیں بھی نظر کرنے ہیں پیر صفدر شاہ صاحب صوفی ظفر صاحب پٹواری صغیر صاحب کجنا تو راجہ عمران آفینٹی راجگاہ انہ سارے نی نظر پردیس کی یاد کر دیا ہوں ایک آواز نہیں تھی اوکیڑی صدر شاہ صاحب جناب چودھری گلزار صاحب جناب چودھری زہیر صاحب چودھری نزاکت عرف سائی کھاڑکا نے سارے دوست جتنے بھی تھے تشریف فرمائے ہو بابو عمران صاحب اس محفل نے نگران اعلی جناب بابو عمران صاحب آخری گانی 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 آخری گل کہڑی راجا ساجا پیڑ چاٹنا آخری گل بابو را رشید صاحب تلک چڑھوئی نہ آج اتنی خوشی مجھے خوشی کس لیے کہ استاد بھائی نے شادی ہے کدے زندگی جی نے کام نہیں کیا میں انہوں نے پیار کی داد دینا میں انہوں نے پیار کی داد دینا بولو ظفر صاحب میں بسم اللہ کرا میں انہوں نے پیار کی داد دینا کوئی
ਨਹੀਂ ਨਹੀਂ ਨੱਚਣੇ ਗਾਣੇ ਨਾਲ ਜੇ ਕਦੇ ਯਾਰ ਮਿਲਦਾ ਸਾਰੀ ਉਮਰ ਮੈਂ ਰਹਿੰਦਾ ਗਵਾਲਾਂ ਦੇ ਨਾਲ ਗੱਲ ਰਾਜਾ ਨੱਚਣੇ ਨਹੀਂ ਦੀ ਗੱਲ ਆਈ ਬਈ ਆਪਣਾ ਪਿਆਰ ਜ਼ਹਿਰ ਕਰ ਬਈ ਪਿਆਰ ਕਿਤਨਾ ਹੈਗਾ ਸੱਜਣ ਮਿਲਣਾ ਗਵਾਰਾ ਨਹੀਂ ਕਰਨਾ ਮੈਂ ਜੂਹੀ ਇੱਥੇ ਆਇਆ ਸੀ ਤੇ ਤਨਵੀਰ ਸ਼ਾਹ ਦਾ ਕਿਹਾ ਦਿਨ ਆ ਗਿਆ ਅੱਲਾ ਵਾਸਤਾ ਸੀ ਨੇ ਤਨਵੀਰ ਲਾ ਲੈ ਬਾਬੂ ਇਬਰਾਹ ਜੀ ਸੱਜਣ ਮਿਲਣਾ ਗਵਾਰਾ ਵੀ ਨਾ ਕਰਨਾ ਅਸਾਂ ਮਿਲਣ ਦਰ ਤੇਰੇ ਤੇ ਆਇਓ ਆ ਸਾਨੂੰ ਭੁੱਲ ਬੈਠਾ ਤਾਂ ਕੋਈ ਗੱਲ ਨੀ ਉਹ ਤੇਰੀਆਂ ਯਾਦਾਂ ਕਲੇਜੇ ਨਾਲ ਲਾਇਓ ਆ ਅਸੀਂ ਭੁੱਲ ਜਾਵਾਂ ਇਹ ਨਹੀਂ ਹੋ ਸਕਦਾ ਕਿਉਂ ਜੇ ਮਨ ਵਿੱਚ ਤੈਨੂੰ ਵਸਾਇਓ ਆ ਅੱਲਾ ਵਾਸਤੇ ਸੀਨੇ ਤਨਵੀਰ ਲਾ ਲਾ ਵੋ ਕਸਮ ਰੱਬ ਦੀ ਡਾਢੇ ਘਬਰਾਏ ਹੋਏ ਤਨਵੀਰ ਸ਼ਾਹ ਸਾਹਿਬ ਜਿਸ ਤਰ੍ਹਾਂ ਕਿ ਅਜੀ ਨੇ ਇਹਨਾਂ ਕੀ ਮੁਖਾਤਬ ਕੀਤਾ ਵੀ ਇਹਨਾਂ ਨੇ ਉਸਤਾਦ ਭਾਈ ਦੀ ਸ਼ਾਦੀ ਹੈ ਇਸ ਵਾਸਤੇ ਖੁਸ਼ ਹਨ ਜ਼ਾਹਿਰ ਹੈ ਖੁਸ਼ ਨੇ ਕੋਈ ਗੱਲ ਵੀ ਪਾਣਾ ਚਾਹਣੇ ਸਨ ਲੇਕਿਨ ਮਾਈ ਕਿਨੂੰ ਗੁਰੂ ਮੈਂ ਅਡਵਾਂਸ ਹੀ ਜਾ ਕੇ ਲਾ ਰਾਜਾ ਕਮਰ ਇਸਲਾਮ ਸਾਹਿਬ ਜਿੱਥੇ ਕਿ ਰਹੋ ਤਸ਼ਰੀਫ ਲਿਆਓ ਜਦ ਤੱਕ ਰਾਜਾ ਸਾਹਿਬ ਆਉਣੇ ਇਸ ਨੇ ਨਾ ਲਾ ਲੱਗਾ ਇੱਕ ਨਿੱਕੀ ਜਿਹੀ ਗੱਲ ਕਰਨਾ ਕਿ ਲਾ ਬੈਠਾ ਇੱਥੇ ਲੱਗੀ ਪੈਸੀ ਸ਼ੇਰ ਰਾਜਾ ਨਦੀਮ ਸਾਹਿਬ ਬੜੇ ਚਾਹਤ ਨਾਲ ਪੜ੍ਹਨੇ ਹੋਣੇ ਲੇਕਿਨ ਬਦਕਿਸਮਤੀ ਨਾਲ ਉਹਨਾਂ ਨਾਲ ਸਵੇਰਾ ਹਾਦਸਾ ਹੋਇਆ ਜਿਸ ਦੀ ਵਜ੍ਹਾ ਤੋਂ ਜ਼ਖਮੀ ਨਹੀਂ ਤਸ਼ਰੀਫ ਲਿਆ ਸਕੇ ਅਸੀਂ ਦੁਆ ਕਰ ਸਕਦੇ ਹਾਂ ਰਾਜਾ ਕਮਲ ਇਸਲਾਮ ਸਾਹਿਬ ਆ ਗਏ ਜੀ ਤੇ ਤਾੜੀਆਂ ਆਪਣੀ ਮਰਜ਼ੀ ਕੱਢੋ ਸਾਡੇ ਕੋਲ ਨਿਕਲੀ ਇਸ ਵੀ ਬੋਲ ਜਿਹੜਾ ਆਹ
ਨਾਲ ਜਵਾਨ ਚਾਹ ਜ਼ਰੂਰ ਪਿਲਾਓ। ਇੱਕ ਗੱਲ ਮੈਂ ਬੜੀ ਚੰਗੀ ਕਰਨ ਲੱਗਾ, ਉਸਕੀ ਜ਼ਰਾ ਸੁਣ ਸੋ। ਰਾਜਾ ਬਾਬੂ ਇਬਰਾਹਿਮ ਸਾਹਿਬ ਇੱਕ ਮਿੰਟ ਗੱਲ ਸੁਣਿਆ, ਫਿਰ ਕਮਲ ਇਸਲਾਮ ਸਾਹਿਬ ਨੇ ਆਮਨ ਸੀ ਹੁਣ ਉਸ ਸ਼ੇਰਾਂ ਨੇ ਰਸ਼ੀਦ ਆਸੀ ਸਾਹਿਬ ਸਟੇਜ ਤੇ ਬੈਠੇ ਉਹਨਾਂ ਦੀ ਇਹ ਫਰਮਾਇਸ਼ ਹੈ। ਮੈਂ ਵੈਸੇ ਉਸਨੇ ਪੜ੍ਹਨ ਲੱਗਾ ਸਾਂ ਔਰ ਇਮਾਮ ਅਲੀ ਸ਼ਾਹ ਸਾਹਿਬ ਵੀ ਉਸਨੇ ਤਾਂ ਮੁਤਫਿਕ ਸਨ, ਲੇਕਿਨ ਕਮਲ ਦੀ ਆਮਦ ਹੈ ਉਹ ਸ਼ੇਰ ਰੁਕ ਗਿਆ ਸੀ ਕਿ ਲਾ ਬੈਠਾ ਪਰ ਕਿਉਂ ਜਾਓ ਨੀਂਦਰ ਆਈ ਯਾਰ ਘਰ ਜਾ ਕੇ ਸਹਿ ਜਾਓ ਉੱਠ ਪਰ ਲਾ ਬੈਠਾ ਇੱਥੇ ਲੱਗੀ ਰਿਹਾ ਸੀ ਦਿਲ ਹੋਰ ਕਿਧਰੇ ਲਾਣਾ ਨਹੀਂ ਆ ਵੱਡਾ ਪਿਆਰ ਐਸਾ ਹੋਗਾ ਖਸਾਰਾ ਬੇਸ਼ੱਕ ਨਿੱਕ ਨਵਾਂ ਕੋਈ ਯਾਰ ਬਣਾਉਣਾ ਨਹੀਂ ਰੱਖੀ ਯਾਦ ਭੁਲਾਇਓ ਤੇ ਤੇਰੀ ਮਰਜ਼ੀ ਤੇਰਾ ਪਿਆਰ ਅਸਾਂ ਦਿਲ ਥੀ ਭੁਲਾਉਣਾ ਨਹੀਂ ਹੈ ਚਾਹਣ ਵਾਲੇ ਤੇ ਤੈਨੂੰ ਤਨਵੀਰ ਲਿਖਾਵਾਂ ਮੇਰੇ ਵਾਂਗ ਪਰ ਕਿਸੇ ਵੀ ਚਾਹਣਾ ਨਹੀਂ। ਇੱਕ ਗੱਲ ਮੈਂ ਕਰ ਛੋੜਾਂ ਪਹਿਲਾਂ ਹੀ ਜਿਸ ਤਰ੍ਹਾਂ ਆਜੀ ਸਾਹਿਬ ਇੱਕ ਗੱਲ ਇਬਤਦਾ ਵਿੱਚ ਕੀਤੀ ਸੀ ਮੈਂ ਉੱਥੋਂ ਇੱਕ ਸ਼ੇਰ ਪੜ੍ਹਨਾ ਚਾਹਣਾ ਹਾਂ ਮਾਜ਼ਰਤ ਨਾਲ ਇਮਾਮ ਸ਼ਾਹ ਸਾਹਿਬ ਉਹਨੇ ਕਿਉਂ ਤੁਸਾਂ ਕੀ ਅੱਗੇ ਭਰ ਰਿਹਾ ਸੀ ਬੰਦੇ ਨੇ ਪੁੱਤਰ ਬਣ ਕੇ ਬਹੋ ਤੇ ਤੁਸੀਂ ਹੁਣ ਮਰਾਸੀਆਂ ਨੇ ਪੁੱਤਰ ਤਰ੍ਹਾਂ ਬਣ ਕੇ ਰਾਜਿਆਂ ਦਾ ਇਲਾਕਾ ਰਾਜੇ ਡਿੱਗ ਗਏ ਮੈਂ ਸ਼ੇਰ ਸੁਣਾਉਣ ਤੋਂ ਪਹਿਲਾਂ ਰਾਜਾ ਅਫਸੀਸ ਬਾਬਰ ਸਾਹਿਬ ਜੀ ਕੁਝ ਦੋਸਤਾਂ ਦੀ ਤਰਫੋਂ ਮੁਬਾਰਕ ਦੇਣਾ ਔਰ ਉਹਨਾਂ ਕੀ ਮੈਂ ਲਾਈਟ ਕਰਨਾ ਕਿ ਮੁਬਾਰਕ ਦੇ ਨਾਲ ਨਾਲ ਉਹਨਾਂ ਨੇ ਕੋਈ ਚਾਹਤ ਔਰ ਇੱਥੇ ਬੈਠੀਆਂ ਵੀ ਕਈਆਂ ਦੋਸਤਾਂ ਨੂੰ ਚਾਹਤ ਇੱਥੇ ਬੈਠਿਆਂ ਨਾਲ ਮੈਂ ਨਾ ਕਿੰਨਾ ਲਗਾ ਲੇਕਿਨ ਪ੍ਰਦੇਸ਼ ਵੀ ਬੈਠੇ ਹੋਏ ਚੌਧਰੀ ਮਕਸੂਦ ਸਾਹਿਬ ਚੌਧਰੀ ਸਾਜਦ ਸਾਹਿਬ ਤੁਸਾਂ ਨੇ ਆਪਣੇ ਰਾਜਾ ਸਾਦਤ ਕਿਹਾ ਨੀ ਸਾਹਿਬ ਔਰ ਸਾਡੇ ਬੋਸਾਂ ਰਾਜਾ ਅਬਾਸ ਸਾਹਿਬ ਅਫਸਰ ਸਾਹਿਬ ਉਹਨਾਂ ਦੀ ਚਾਹਤ ਹੈ ਉਹਨਾਂ ਦੀ ਤਰਫੋਂ ਤੁਸਾਂ ਕੀ ਮੁਬਾਰਕ ਵੀ ਹੈ ਸ਼ਾਦੀ ਦੀ ਔਰ ਇੱਥੇ ਵੀ ਕੁਝ ਬੈਠੀਆਂ ਬਣੀ ਗਈਆਂ ਚੇ ਮੰਗੋਈਆਂ ਤੇ ਬਿਲ ਖਸੂਸ ਮਾੜੀ ਆਪਣੀ ਵੀ ਫਰਮਾਇਸ਼ ਹੈ ਕਿਉਂਕਿ ਅਸਾਂ ਇੱਕ ਦਫਾ ਸੁਣਿਆ ਸੀ ਜਦੋਂ ਮਲਕ ਸਦੀਕ ਸਾਹਿਬ ਦੀ ਸ਼ਾਦੀ ਬੜਾ ਆਵਾਜ਼ ਸੀ ਮਲਕ ਸਦੀਕ ਸਾਹਿਬ ਦਾ ਇੱਥੇ ਸ਼ਾਹ ਜੀ ਮੈਂ ਮਾਦਰ ਨਾਲ ਟਾਈਮ ਥੋੜਾ ਜਿਹਾ ਗਿਆ ਹੋਣਾ ਜਾਣਾ ਕਮਲ ਸਾਹਿਬ ਮੈਂ ਇਹ ਗੱਲ ਹੀ ਕਰਨਾ ਚਾਹਣਾ ਕਿ ਕਦੇ ਅਰੂਜ ਮਿਲਿਆ ਸੀ ਸ਼ੇਰਖਾਨੀ ਕੀ ਮਲਕ ਸਦੀਕ ਚੌਧਰੀ ਪੀਲੂ ਨਾਲ ਕੋਈ ਆਖਣਾ ਸੀ ਮਲਕ ਸਦੀਕ ਦੀ ਛਾਤੀ ਚ ਦਰਦ ਹੈ ਇਸਨੇ ਗਲੇ ਸੋਜ ਹੈ ਆਵਾਜ਼ ਹੈ ਕੋਈ ਆਖਣਾ ਸੀ ਪੀਲੂ ਨੇ ਗਲੇ ਵਿੱਚ ਸੋਜ ਹੈ ਉਸ ਟਾਈਮ ਇਹ ਥੋੜਾ ਜਿਹਾ ਸ਼ੇਰਖਾਨੀ ਕੀ ਰੰਗ ਮਿਲਿਆ ਫਿਰ ਉਸ ਤੋਂ ਬਾਅਦ ਰਾਜਾ ਅਬਦ ਸਾਹਿਬ ਤੇ ਮਰਹੂਮ ਚੌਧਰੀ ਅਕਰਮ ਸਾਹਿਬ ਉਹਨਾਂ ਦੱਸਿਆ ਵੀ ਇਸ ਸ਼ੇਰਖਾਨੀ ਚ ਕੋਈ ਇਲਮ ਵੀ ਹੈ ਇਸਨੇ ਚ ਕੋਈ ਰੋਕ ਰੋਕ ਵੀ ਹੈ ਔਰ ਇਸ ਮੌਜੂਦਾ ਦੌਰ ਵਿੱਚ ਅਗਰ ਤਕਰੀਰ ਸ਼ਾਹ ਆਖਿਆ ਸੀ ਖੁਸ਼ਾਮਦੀ ਗੱਲ ਨਹੀਂ ਕਰਨੀ ਚਾਹੀਦੀ ਇਹ ਹੁਣ ਮਾੜੀ ਵੀ ਖੁਸ਼ਾਮਦੀ ਵੀ ਹੋਣੀ ਹੈ
ਇਸ ਵੇਲੇ ਮਾਰਕੀਟ ਜਿਹੜੇ ਲੋਕਾਂ ਦੀ ਪਸੰਦ ਤੇ ਮੇਰੀ ਆਪਣੀ ਪਸੰਦ ਤੇ ਮੇਰੀ ਸੋਚ ਹੈ। ਅਲਹਮਦੁਲਿਲਾ ਸ਼ੇਰ ਖਾਨ ਬੇਸ਼ੁਮਾਰ ਇਸ ਵੇਲੇ ਬੱਟਾ ਪ੍ਰਭਾ ਦਾ ਸ਼ੇਰ ਖਾਨ ਹੈ, ਲੇਕਿਨ ਸਟੇਜਾਂ ਨਹੀਂ ਜ਼ਰੂਰਤ। ਰਾਜਾ ਕਮਰ ਇਸਲਾਮ ਹੈ, ਰਾਜਾ ਅਫੀਮ ਬਾਬਰ ਹੈ, ਹਾਜੀ ਗੁਲਾਮ ਮਸੂਲ ਹੈ, ਰਾਜਾ ਨਦੀਮ ਹੈ। ਇਹ ਲੋਕਾਂ ਦੀ ਡਿਮਾਂਡ ਹੈ, ਇਹ ਲੋਕਾਂ ਦੀ ਜ਼ਰੂਰਤ ਹੈ। ਇਸ ਵਾਸਤੇ ਰਾਜਾ ਹਫੀਜ਼ ਬਾਬਰ ਸਾਹਿਬ, ਮਲਕ ਸਦੀਕ ਸਾਹਿਬ ਦਾ ਕਿਸੇ ਹੋਰ ਦੀ ਫਰਮਾਇਸ਼ ਦਾ ਸਟੇਜ ਦਾ ਆਇਆ ਸ਼ਾਦੀ ਆ ਜਾਏ। ਤੁਸਾਂ ਕੀ ਅਸੀਂ ਪਤਾ ਬਹੁ ਉਹ ਫਰਮਾਇਸ਼ ਕੋਲੀ, ਪਰ ਅਸਾਂ ਦੀ ਫਰਮਾਇਸ਼ ਹੈ ਕਿ ਤੁਸਾਂ ਕੀ ਅੱਜ ਸਟੇਜ ਦੇ ਵੀ ਆਉਣਾ ਪੈਸਾ। ਜਿਹੜਾ ਵੇਲਾ ਤੁਸਾਂ ਦਾ ਦਿਲ ਕਰਿਆ, ਮੈਂ ਵਿੱਚ ਦਰਮਿਆਨ ਦੀ ਜੁੱਟੀ ਤੋਂ ਬਾਅਦ ਆਇਆ ਨਾ ਹੋਣ ਲਗਾ, ਮੈਂ ਨਾ ਬੁਲਾਉਣ ਲਗਾ, ਬਈ ਆ ਜਾਓ। ਜਿਹੜਾ ਤੁਸੀਂ ਸਮਝੋ ਕਿ ਸਰਦਾਰ ਸਾਹਿਬ ਚ ਛਾਤੀ ਜੁਣ ਜ਼ੋਰ ਥਿਆ, ਮੈਂ ਕੋਈ ਦਰਦਾਂ ਦੀ ਗੱਲ ਸੁਣਾ ਸਕਣਾ, ਮੈਂ ਲੋਕਾਂ ਨੂੰ ਮਹਿਸੂਸ ਕਰ ਸਕਣਾ, ਉਹਨਾਂ ਆਪਣੇ ਆਪ ਹੀ ਬੋਲਾ ਕਰ ਸਕਣਾ। ਮੈਂ ਜਿਹੜਾ ਸ਼ੇਰ ਪੇਸ਼ ਕਰਨਾ ਚਾਹਣਾ, ਹਾਜੀ ਗੁਲਾਮ ਰਸੂਲ ਸਾਹਿਬ ਦੇ ਇਤਿਹਾਸ ਚ ਗੱਲ ਕੀਤੀ ਸੀ, ਔਰ ਉਹਨਾਂ ਨੇ ਅੱਥਰੂ ਜਾਰੀ ਹੋ ਗਏ ਸਭ ਉਸ ਹਸਤੀ ਨਾਲ। ਕੱਲੇ ਹਾਜੀ ਗੁਲਾਮ ਰਸੂਲ ਅਬਾਸੀ ਨੇ ਅੱਥਰੂ ਨਹੀਂ ਜਾਣੇ, ਉਸ ਵਿੱਚ ਅਸੀਂ ਵੀ ਸ਼ਰੀਕੇ ਕੰਮ ਆ। ਬਾਬੂ ਇਤਰਾਜ ਸਾਹਿਬ, ਮੈਂ ਬਾਬੂ ਅਰਸ਼ਾਦ ਸਾਹਿਬ ਦੀ ਗੱਲ ਕਰ ਰਿਹਾ ਹਾਂ, ਇੱਕ ਮਿਸਾਲ ਪੇਸ਼ ਕਰਨਾ ਚਾਹਣਾ ਕਿ ਜਿਸ ਤਰ੍ਹਾਂ ਉਹਨਾਂ ਜ਼ਿੰਦਗੀ ਗੁਜ਼ਾਰੀ ਹੈ ਉਸ ਤਰ੍ਹਾਂ ਜ਼ਿੰਦਗੀ ਗੁਜ਼ਾਰੋ। ਉਸ ਦੇ ਸ਼ੇਰ ਇਹ ਹੈ ਕਿ ਜਿਹੜੀ ਕੰਮ ਨਾ ਕਿਸੇ ਦੇ ਆ ਸਕੇ, ਹਾਜੀ ਸਾਹਿਬ, ਜਿਹੜੀ ਕੰਮ ਨਾ ਕਿਸੇ ਦੇ ਆ ਸਕੇ ਉਹਨੂੰ ਕੀ ਕਰਨਾ ਹੈ, ਬੇਕਾਰ ਜ਼ਿੰਦਗੀ ਸਦਾ ਕਿਸੇ ਦੀ ਬੈਠ ਰਹਿਣਾ। ਇੱਥੇ ਉਹ ਰੱਖੋ ਯਾਦ ਹੈ, ਦਿਨ ਦੋ ਚਾਰ ਜ਼ਿੰਦਗੀ, ਮੌਤ ਬਰਹਕ ਹੈ, ਨਹੀਂ ਸ਼ੱਕ ਕੋਈ, ਨਹੀਂ ਮਿਲਸੀ ਬਾਰ ਬਾਰ ਜ਼ਿੰਦਗੀ। ਕੁੱਲ ਦੇ ਖਾਲਕ ਅਨਾਇਤ ਤਨਵੀਰ ਕੀਤੀ, ਬਾਬੂ ਅਰਸ਼ਾਦ ਵਾਂਗੂ ਛੋੜੋ ਗੁਜ਼ਾਰ ਜ਼ਿੰਦਗੀ, ਜ਼ਿੰਦਗੀ ਨਾਮ ਤੇ ਜਦੋ ਜਾਦ ਦਾ ਹੈ, ਜ਼ਿੰਦਗੀ ਨਾਮ ਤੇ ਜਦੋ ਜਾਦ ਦਾ ਹੈ, ਸੱਚ ਪੁੱਛੋ ਤੇ ਹੈ ਆਜ਼ਾਦ ਜ਼ਿੰਦਗੀ। ਜ਼ਿੰਦਗੀ ਫਰਜ਼ ਵੀ ਹੈ ਤੇ ਗਮ ਵੀ ਹੈ, ਕਰੋ ਮਤਾਲਿਆ ਤੇ ਹੈ ਕਿਤਾਬ ਜ਼ਿੰਦਗੀ। ਜ਼ਿੰਦਗੀ ਸਫ਼ਰ ਹੈ, ਜੇ ਮੁੱਕ ਜਾਂਦਾ ਕਰ ਸੋਚੋ ਤਾਂ ਹੈ ਖੁਆਬ ਜ਼ਿੰਦਗੀ। ਪੂਰਾ ਇੱਕ ਦਿਨ ਕਰਨਾ ਤਨਵੀਰ ਪੈਸੀ, ਪੂਰਾ ਇੱਕ ਦਿਨ ਕਰਨਾ ਤਨਵੀਰ ਪੈਸੀ, ਕਿਉਂਕਿ ਵਾਅਦਾ ਹੈ ਮੇਰੀ ਜਨਾਬ ਜ਼ਿੰਦਗੀ। ਮੈਂ ਹੁਣ ਰਾਜੇ ਕਮਰ ਇਸਲਾਮ ਸਾਹਿਬ ਅੱਗੇ ਗੁਜ਼ਾਰਿਸ਼ ਕਰਦਾ ਕਿ ਮੈਂ ਫਲਾ ਜੀ ਨਾ ਤੇ ਤਨਵੀਰ ਸ਼ਾਹ ਨਾ, ਉਹਨਾਂ ਨਾਲ ਗੋਸ਼ਾ ਨਾ ਸੁਣੋ, ਕਮਰ ਜੀ ਮਾੜੇ ਨੇ ਪਸਕਾਂ ਨਾ ਰੱਖੋ, ਉਹ ਬਾਣੇ ਰਹੇ ਸਨ ਗੋਸ਼ੇ। ਹਾਜੀ ਸਾਹਿਬ ਤੇ ਤਨਵੀਰ ਸ਼ਾਹ ਸਾਹਿਬ, ਮਹਿਫਲ ਚੰਗੇ ਰੰਗ ਚ ਛੋੜੀ ਹੈ, ਅੱਲਾ ਕਰਿਆ ਤੁਸੀਂ ਇਸ ਰੰਗ ਕੀ ਥੋੜਾ ਜਿਹਾ ਹੋਰ ਰੰਗ ਮਸਾਲਾ ਪਾਓ। ਮਹਿਫਲ ਕੀ ਅੱਗੇ ਬਗੈਰ ਕਿਸੇ ਫਰਮਾਇਸ਼ ਤੋਂ ਅੱਲਾ ਨੇ ਨਾ ਤੋਂ ਤੁਸੀਂ ਆਰਾਮ ਕਰੋ।
اما بعد فوج ولایت نے شیطان رجیم بسم اللہ الرحمن الرحیم میرے ہر دل محترم قابل عزت قابل احترام بزرگ دوست اور پرو میری طرف میرے ہم نواز ساتھیوں کی طرف السلام علیکم بادشاہ صاحب جس طرح سب قبل محترم جناب جو تنویر صاحب نے بھی دسیا محترم اجی صاحب نے بھی اور شاہ صاحب نے بھی کہ اج نا جڑا پروگرام ہے ایک خوشی دی محفل جسے وچ اسا اور تو سب بزرگ دوست برا اکٹھے ہو کے بیٹھے ہاں ساڈے بیٹے برا اس فیلڈ نال اس خان نال بھی تعلق کس نے علاقے نے جانے بچانی شخصیت راجا عبدالحفیظ بابر انہاں نے شادی خان آبادی نے سلسلے وچ اج نا پروگرام دوستاں نے منعقد کیتا جس نے وچ اسا بھی حاضر ہوئے ہاں تو سب سارے برا بزرگ دوست حاضر ہوئے ہو سب تو پہلے دعا ہے کہ اللہ پاک ساڑے اس پراہ کے جڑا اس زندگی نے نیا سفر شروع کیتا اللہ پاک اس سفر اچ نہیں کامیاب کران اور اس سفر وچ جڑیاں مشکلات نے جڑیاں مشکلات نے اللہ پاک کو ساری آسان فرمان اور انہیں کہ ہمیشہ اسی طرح خوش و خرم رکھن اللہ نے ذات کیونکہ ٹائم کافی گزری چکیا لمبی جوڑی تقریر دوست نال کرنے نا ٹائم ہی نہیں اساں تو قبل محترم حاجی غلام ظہور صاحب اور سید تنویر حسین شاہ صاحب بڑا اچھا پروگرام تو دوستاں نے جوش دار کیتا تو دل خوش کیتا اساں انشاء اللہ تعالی کوشش کر سکے جو کو جاننے ہاں دوستاں نے خدمت دی اچھے طریقے نال پیش کرا محترم حضرت سید امام حسین شاہ قاسمی اور سید صفدر حسین شاہ صاحب اور بابو عمران صاحب انہاں سارے محترم سڑے عادل قابل احترام جناب چودھری تنویر آصف صاحب چودھری منیر صاحب راجہ ساجد صاحب اور چودھری امیر زمان صاحب اے بھی بھائی ساری اس محفل وچ تشریف رکھنے انشاءاللہ تعالی سا کوشش کر صاحب کہ جس طرح چودھری صاحب نے دسیا تساں نے معیار دے مطابق پورا اتر سکیا علی جا اسٹیج تے آیا رہ صاحب نے بندے نے چیز کی یاد کیتا تے بڑی خوشی ہوئی کہ بھائی نے اس قابل سمجھیا اس علاقے وچ پہلی دفعہ آنا میرا اتفاق ہویا ہے انشاءاللہ تعالی میں امید رکھنا کہ اس قابل نال پیار کرانے لے تساں لوکو اس فن نال پیار کرانے لے لوکو میں امید رکھنا کہ ہمیشہ دی طرح اچھیاں یاداں لے کے جا سا میرے نال اس نواسی حاجی صاحب نے شاگرد خاص نے انشاءاللہ تعالی وی تو سکی اچھا شکر سلا سڑ بدے نہ چیز کی کوشش کر سکے جو کو جاننا دو سر کی بڑی اچھے طریقے نال پیش کرا جس کا رائے سے سب نے چاہتا ہے کیونکہ ٹائم کافی گزر چکا ہم دے بڑی تعلق میں سٹارٹ لینا لیکن میاں صاحب نے کلام تو کیونکہ وقت کافی گزر چکا تھوڑا جا وقت ہے کوشش کر سا اس تھوڑے جے وقت تسا دوستاں نے دل خوش کرا میاں صاحب نکلام تمہیں میں فن آغاز کرنا جس طرح انتظامیہ والے دوستوں کی جات ہے السلام علیکم ورحمۃ اللہ وبرکاتہ سلام تو بات عرض ہے کہ سڑے بھائی راجے عبدالحفیظ بابر سرکار کی شادی خانہ آبادی کا سلسلے جی پروگرام منعقد ہوا جس میں اسا اور ساری ساری دوست رل مل کے بیٹھے ہاں اللہ پاک نے ہاں دو
ਦਵਾਈ ਕੇ ਅੱਲਾ ਪਾਕ ਸਾਡੇ ਬ੍ਰਦਰ ਨੇ ਆਣਾ ਲਿਖਿਆ ਕਿ ਖੁਸ਼ੋ ਖੁਰਮ ਗੁਜ਼ਰੇ ਖੜੇ ਤੋਂ ਪਹਿਲੇ ਖੜੇ ਉਸਤਾਦ ਦੇ ਮੋਤਰਾ ਅਜੀ ਗੁਲਾਮ ਰਸੂਲ ਅੱਲਾ ਸਾਹਿਬ ਔਰ ਸਰੀਅਤ ਸੰਗੀਰ ਉਸਤਾਦ ਸਾਹਿਬ ਬੜੀ ਅੱਛੀ ਮਹਿਫਲ ਤੁਸਾਂ ਨੂੰ ਸੁਣਾਈ ਇਨਸ਼ਾਅੱਲਾ ਕੋਸ਼ਿਸ਼ ਕਰਦਾ ਕਿ ਤੁਸਾਂ ਕੀ ਮਹਿਸੂਸ ਕਰੀਏ ਇਸ ਬੰਦ ਨੇ ਫਰਮਾਇਸ਼ੀ ਸੈਯਦ ਅਮਾਮ ਹੁਸੈਨ ਸਾਹਿਬ ਲਾਜ਼ਮੀ ਔਰ ਅੱਜ ਦੀ ਬਜ਼ਮ ਦੇ ਚੀਫ ਗੈਸਟ ਰਾਜਾ ਅਬਦੁੱਲ ਅਜ਼ੀਜ਼ ਬਾਬਰ ਔਰ ਮਾਮੂਨ ਰਸ਼ੀਦ ਨਦੀਮ ਸ਼ਾਹਿਦ ਰਿਜ਼ਵਾਨ ਯੂਕੇ ਅਬਦੁਲ ਕਯੂਮ ਹਾਜੀ ਜਵੇਦ ਇਕਬਾਲ ਇਹਨਾਂ ਦੋਸਤਾਂ ਨੂੰ ਚਾਹ ਮਾ
बड़ा प्यारा मिसरा बरादर ने पेश किया चल के मिसरे सरकार प्यारे नवी निशानी शानी शानी खुशी महफल है कोशिश करता दोस्तों ने दिल खुश करा Come on.
سارے برابر خوشی نے موقع دیا میرے کو کوئی الفاظ نہیں میں تو سارا شکریہ ادا کراں لیکن جتنے دور دراز میرے سری پر آئے میں دلیاں تھاگ رہے ہیں اللہ کی ویلکم آخنا اے سر پر ہوگو جو سو سرکار مولا علی شیر خدا سرکار نہ کون کہ او بندہ غریب نہیں جس نے مخلص اور اچھے دوست ہوئے ہیں سچی گل ہے جھوٹے تے خدا نہیں لڑ توڑی مگی دوستوں پر مانا اللہ پاک میرے اسمان کے قائم رکھا ہے اس وقت جنہیں بچھڑ جانے میرے بھائی پاپو ارشاد مرحوم اللہ پاک جوار رحمت کی سرکار کی جگہ عطا فرمان دوستو دنیا نیڑی آئی دکھاں دردان نکارا خوشی چند پل ہونی پھر پریشانیاں غمیاں ہونی تے میں بل ملا اے گل آکھاں کہ میری زندگی وچ پاپو ارشاد مرحوم میرے بھائی جڑے گئے دنیا تو انہوں نے جان نے دکھ تو علاوہ اس کو بڑا دکھ لگی اور کوئی پتہ نہیں زندگی اگے کڑے کڑے رنگ دسی برحال اللہ پاک تو سارے کی شاد آباد رکھے میاں صاحب اپنا بول پڑھن کی کوشش کر رہا ہے ایک مہینہ ہوئی ہے تقریباً محفلہ چھوڑیا ہوں کیونکہ میں تسا سارے کی اکٹھیا کرنا جانا تھا اس وقت چھوڑی کر دیا کوشش کرنا جے کدا آواز نے ساتھ دیتا تو ایک بول پیش کر ساتھ پھر ایک شیر پیش کر ساتھ میاں صاحب سرکار اور سکھڑی کا بولا سرکار فرمانے دانے کے بول پیش کرنا ہے سرکار بسم اللہ سارے میرے پردیسی دوستان آتے جڑے پنڈا بیٹھے میں مولا علی سرکار نے بول پیش کیتا نام کے نام تو بہت لمبی لسٹ ہو جاتی ہے تو میں یہ مان آ کہ میرے دوست سچے اور مخلص دوست ہیں تو سرکار میاں صاحب نے بول پیش کرنا سرکار فرمانے دانے کے Yeah.
मैं हूं जाना चाशनी भी थोड़ी चेंज हो जाए दौं भ्राओं गए राजे कमर साहब अगै तो राजे असद वासी साहब अगै गुजारिश कर सा घंटा एक फरमैश नू पढ़ लवे ये सारे दोस्तों ने याद है एक शेर में पढ़ सा सिर्फ अलियाने बरा गौ वाले नी चा 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 अलियाने कैठा किजला सिला सैदा ले नी चा 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 अलियाने खड़क मीरपुर वाले नी चा सवारी वाले नी चा सेंसे वाले नी चा माड़े ग्राए वाले सारे नी चा गुजरखाने वाले ने भी चा घोटे वाले ने भी चा मैं आना कोई इलाका रहना बेबहाबत मणि रोण पिछे गल कि पिंड चाट लिया सारे पे खोने की कोशिश कर रहे तो क्या सरकार लिखा ताकि आगे माई मावे इस खला दे नहीं काम माई मावे ओ माई आवे ना पे मेहरबानी
भाई एक मिनट रुकिए रुकिए, इतनी मेहनत से वीडियो बनाई है और आप देखकर वैसे ही जा रहे हैं, कम से कम एक लाइक तो कर दीजिए। और हाँ, यूट्यूब की इतनी बड़ी दुनिया में फिर आप हमें कहाँ ढूंढेंगे, तो इसका भी एक हल है, हमारे चैनल को सब्सक्राइब कर दीजिए और फिर बेल के आइकन पर क्लिक कर दीजिए, हमारी वीडियोस आपको खुद नजर आएंगी। शुक्रिया।